ਉਹ ਵਡੇਰੇ ਕਹਿ ਦਿੰਦੇ ਨੇ ਤੇ ਉਹ ਕੱਟ ਨਹੀਂ ਆਉਣ ਦਿੰਦੇ ਉਹ ਵਡੇਰਿਆਂ ਦੇ ਵਡੇਰੇ ਨੇ ਕਹਿ ਦਿੱਤਾ ਬਾਦਸ਼ਾਹਾਂ ਦੇ ਬਾਦਸ਼ਾਹ ਨੇ ਕਹਿ ਦਿੱਤਾ ਉਹ ਕੱਟ ਨਹੀਂ ਆਉਣ ਦੇਣ ਲੱਗਾ ਅਸੀਂ ਹੱਥੀ ਦੇਣਾ ਹੈ ਰੋਕਣਾ ਨਹੀਂ ਹੈ ਮਾਂ ਬੇਟੀ ਦਾ ਖਿਆਲ ਰੱਖਣਾ ਹੈ ਦੂਸਰਾਂ ਦੀ ਆਪਣੀ ਦੀ ਸਭ ਦੀ ਇੱਜ਼ਤ ਦਾ ਖਿਆਲ ਰੱਖਣਾ ਹੈ ਤੇ ਅੱਲਾ ਸਾਡਾ ਹੋ ਜਾਏਗਾ ਵਾਅਦ ਅੱਲਾਹੁ ਲਜ਼ੀਨਾ ਆਮਨੂ ਵਾਅਮਿਲੁਸ ਸਾਲਿਹਾਤੀ ਲਾ ਯਸਤਖਲਫਨਹੁਮ ਫਿਲ ਅਰਜ਼ ਕਮਸਤਖਲਫਲ ਲਜ਼ੀਨਾ ਮਿਨ ਕਬਲਿਹਿਮ ਅੱਲਾਹੁ 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 ਅੱਲਾਹ ਉਹ ਕੰਮ ਨੇ ਉਦੋਂ ਪਹਿਲੇ ਵੀ ਮਿਸਾਲ ਸੁਣ ਲਓ ਕਿ ਜਿਹੜਾ ਤੁਹਾਡਾ ਕੋਈ ਵਡੇਰਾ ਹੋਵੇ ਇੱਥੇ ਉਹ ਕਿਸੇ ਨੂੰ ਕਹਿ ਦੇਵੇ ਕਿ ਜਾ ਬਾਬਾ ਅੱਜ ਤੋਂ ਬਾਅਦ ਕੰਮ ਕਰਨ ਦੀ ਤੈਨੂੰ ਲੋੜ ਨਹੀਂ ਬਾਬਾ ਜੀ ਕਦੇ ਕੰਮ ਕਰਨਗੇ ਉਹਨੇ ਉਹਦੀ ਔਲਾਦ ਵੀ ਨਹੀਂ ਕਰਨ ਲੱਗੀ ਕਿ ਬਸ ਜੀ ਗੱਲਾਂ ਸਾਨੂੰ ਘਰ ਮਿਲ ਜਾਣਾ ਦੁੱਧ ਵੀ ਮਿਲ ਜਾਣਾ ਮਾਲ ਮਵੇਸ਼ੀ ਵੀ ਹਰ ਚੀਜ਼ ਉਹਨਾਂ ਨੇ ਜੇ ਕਹਿ ਦਿੱਤਾ ਵਡੇਰਿਆਂ ਨੇ ਕਹਿ ਦਿੱਤਾ ਹਾਂਜੀ ਹੈ ਹਾਂਜੀ ਹੈ ਅਤੇ ਵਡੇਰਿਆਂ ਤੂੰ ਵੱਡਾ ਕੋਈ ਕਹਿ ਦੇਵੇ ਕੋਈ ਵਜ਼ੀਰ ਆਲਾ ਕੋਈ ਵਜ਼ੀਰ ਕੋਈ ਗਵਰਨਰ ਕਹਿ ਦੇਵੇ ਫਿਰ ਹੋਰ ਮੌਜ ਅਤੇ ਜੇ ਕੋਈ ਵਫਾਕੀ ਵਜ਼ੀਰ ਕਹਿ ਦੇਵੇ ਕੋਈ ਪ੍ਰਾਈਮ ਮਿਨਿਸਟਰ ਕਹਿ ਦੇਵੇ ਫਿਰ ਮੌਜ ਹੀ ਹੈ ਨਾ ਕਦੀ ਕੰਮ ਨਹੀਂ ਨਸਲਾਂ ਨੇ ਨਹੀਂ ਕਦੀ ਕੰਮ ਕਰਨਾ ਹਾਂਜੀ ਹੈ ਅਤੇ ਕੋਈ ਅਮਰੀਕਾ ਦਾ ਸਦਰ ਕਹਿ ਦੇਵੇ ਕਿ ਤੂੰ ਅਮਰੀਕਾ ਆ ਜਾ ਹੈ ਇੱਥੇ ਰਹਿ ਸਾਰਾ ਕੁਝ ਤੈਨੂੰ ਇੱਥੇ ਮਿਲਣਾ ਫਿਰ ਉਹ ਕਦੀ ਨਹੀਂ ਕੰਮ ਕਰਨਾ ਉਹ ਬੱਚਿਆਂ ਨੇ ਕਦੀ ਕੰਮ ਕਰਨਾ ਉਹਨਾਂ ਨੇ ਤਾਂ ਮੰਨ ਲੈਣਾ ਨਾ ਕਿ ਬਈ ਇਹਦੇ ਕੋਲ ਸਭ ਕੁਝ ਹੈ ਅਤੇ ਜੇ ਕਿਸੇ ਨੂੰ ਬਾਦਸ਼ਾਹਾਂ ਦਾ ਬਾਦਸ਼ਾਹ ਕਹਿ ਦੇਵੇ ਕਿ ਤੈਨੂੰ ਕੰਮ ਕਰਨ ਦੀ ਕੰਮ ਕਰ ਫਿਕਰ ਕਰਨ ਦੀ ਲੋੜ ਨਹੀਂ ਤੇਰੀ ਰੋਟੀ ਮੇਰੇ ਜ਼ਿੰਮੇ ਹੈ ਅਤੇ ਫਿਰ ਕੀ ਬਣਦਾ ਉਹਦੀ ਤਾਰੀਫ ਕਰੇ ਉਹਨੂੰ ਮੰਨੇ ਉਹਦੀ ਤਾਰੀਫ ਕਰੇ ਉਹਨੂੰ ਸਜਦੇ ਕਰੇ ਬਾਦਸ਼ਾਹਾਂ ਦੇ ਬਾਦਸ਼ਾਹ ਨੇ ਕਹਿ ਦਿਆ ਵਲਾ ਤਖਤਲੂ ਔਲਾਦਕੁਮ ਖਸ਼ਯਤ ਇਮਲਾਕ ਨਹਨੁ ਰਜ਼ਕਨਾਹੁਮ ਵਇਯਾਕੁਮ ਆਪਣੀ ਔਲਾਦਾਂ ਦੀ ਰੋਟੀ ਦੀ ਫਿਕਰ ਨਹੀਂ ਕਰਨੀ ਨਹਨੁ ਰਜ਼ਕਨਾਹੁਮ ਵਇਯਾਕੁਮ ਤੁਹਾਡੀ ਔਲਾਦਾਂ ਨੂੰ ਰੋਟੀ ਅੱਲਾ ਨੇ ਦੇਣੀ ਹੈ ਵਇਯਾਕੁਮ ਤੁਸੀਂ ਕੀ ਸਮਝਿਆ ਕਿ ਅਸੀਂ ਰੋਟੀ ਕਮਾ ਕੇ ਔਲਾਦ ਨੂੰ ਖਿਲਾਉਂਦੇ ਹਾਂ ਅੱਲਾ ਨੇ ਤੁਹਾਨੂੰ ਕ੍ਰੈਡਿਟ ਹੀ ਨਹੀਂ ਦਿੱਤਾ ਤੁਸੀਂ ਬੱਚੇ ਨੂੰ ਜਾ ਕਿੰਨੀ ਵਾਰੀ ਕਹਿੰਦੇ ਹੋ ਮੈਂ ਤੇਰੇ ਵਾਸਤੇ ਇਹ ਕੀਤਾ ਉਹ ਕੀਤਾ ਮੈਂ ਤੈਨੂੰ ਇਹ ਦਿੱਤੀ ਪਹਿਲੀ ਦਿੱਤੀ ਫਲਾਣਾ ਕੀਤਾ ਤੇਰਾ ਵਿਆਹ ਕਰਾਇਆ ਫਲਾਣਾ ਅੱਲਾ ਨੇ ਤੁਹਾਨੂੰ ਕ੍ਰੈਡਿਟ ਹੀ ਨਹੀਂ ਦਿੱਤਾ ਅੱਲਾ ਨੇ ਤੁਹਾਨੂੰ ਵਿੱਚੋਂ ਕੱਢ ਦਿੱਤਾ ਅੱਲਾ ਨੇ ਕਿਹਾ ਨਹਨੁ ਰਜ਼ਕਨਾ ਹੁਮ ਵਇਯਾਕੁਮ ਉਹ ਵੀ ਮੇਰੇ ਮੰਗਤੇ ਨੇ ਤੂੰ ਵੀ ਮੇਰਾ ਮੰਗਤਾ ਹੈ ਤੇਰੀ ਔਲਾਦ ਵੀ ਮੇਰੀ ਮੰਗਤੀ ਹੈ ਤੂੰ ਵੀ ਮੇਰਾ ਮੰਗਤਾ ਹੈ ਕਦੀ ਨਾ ਕਵੀ ਮੈਂ ਰੋਟੀ ਖਵਾਉਂਦਾ ਤੇ ਤਰਜ਼ੁਕ ਮੈਂ ਸ਼ਾਹ ਬਗੈਰੀ ਹਿਸਾਬ ਔਰ ਮੈਂ ਜਿਹਨੂੰ ਚਾਹੁੰਦਾ ਖੋਲ ਕੇ ਰਿਜ਼ਕ ਦੇ ਦੇਣਾ ਜਿਹਨੂੰ ਚਾਹੁੰਦਾ ਰੋਕ ਕੇ ਦੇਣਾ ਅਤੇ ਰੋਟੀ ਕਿਤੇ ਜ਼ਿੰਮੇ ਹੋ ਗਈ ਰੋਟੀ ਕਿਤੇ ਜ਼ਿੰਮੇ ਹੋ ਗਈ ਆਵਾਜ਼ ਕੱਢੋ ਰੋਟੀ ਕਿਤੇ ਜ਼ਿੰਮੇ ਹੋ ਗਈ ਅੱਲਾ ਪਾਕ ਦੇ ਜ਼ਿੰਮੇ ਅਤੇ ਮੈਨੂੰ ਤੁਹਾਨੂੰ ਕੀ ਕਿਹਾ ਅੱਲਾ ਨੇ ਮੈਨੂੰ ਤੁਹਾਨੂੰ ਅੱਲਾ ਨੇ ਕੀ ਕਿਹਾ ਕਿ ਤੂੰ ਨਮਾਜ਼ ਨਾ ਪੜ ਫਿਕਰ ਨਾ ਕਰ ਹੈ ਹੈ ਨਹੀਂ ਕਿਹਾ ਵਜਾਹਿਦੂ ਫੀ ਸਬੀਲਿਲਲਾਹ ਬਿ ਅਮਵਾਲਿਕੁਮ ਅਨਫੁਸਿਕੁਮ ਅੱਲਾ ਦੇ ਰਸਤੇ 'ਚ ਕੋਸ਼ਿਸ਼ ਤੁਸਾਂ ਕਰਨੀ ਹੈ ਅੱਲਾ ਦੇ ਰਸਤੇ 'ਚ ਕੋਸ਼ਿਸ਼ ਤੁਸਾਂ ਕਰਨੀ ਹੈ ਨਮਾਜ਼ਾਂ ਤੁਸਾਂ ਪੜ੍ਹਨੀਆਂ ਨੇ ਜ਼ਕਾਤ ਤੁਸੀਂ ਦੇਣੀ ਹੈ ਮੱਲੇ ਦੀ ਮਾਂ ਬੇਟੀ ਨੂੰ ਆਪਣਾ ਤੁਸੀਂ ਸਮਝਣਾ ਹੈ ਆਪਣੀ ਮਾਂ ਬੇਟੀ ਨੂੰ ਟਾਈਮ 'ਤੇ ਤੁਸੀਂ ਟੁਰਾਉਣਾ ਹੈ ਆਪਣੇ ਗੱਲੇ 'ਚੋਂ ਉਸ਼ਰ ਤੁਸੀਂ ਕੱਢਣਾ ਹੈ ਮਾਲ ਮਵੇਸ਼ੀ ਨੂੰ ਹਲਾਲ ਤਰੀਕੇ ਨਾਲ ਤੁਸੀਂ ਪਾਲਣਾ ਹੈ ਆਪਣੇ ਡੰਗਰਾਂ ਨੂੰ ਦੂਸਰੇ ਦੀ ਪੈਲੀ 'ਚ ਨਹੀਂ ਭੇਜਣਾ ਅਤੇ ਤੁਸੀਂ ਨਹੀਂ ਭੇਜਣਾ ਇਹ ਮੇਰਾ ਤੁਹਾਡਾ ਕੰਮ ਹੈ ਅਤੇ ਮੈਂ ਤੁਸੀਂ ਕੀ ਕਰ ਰਹੇ ਹਾਂ ਪੁੱਠੇ ਹਾਂ ਅਸੀਂ ਉਹ ਪੁੱਠੇ ਪਾਸੇ ਟੁਰ ਪਏ ਹਾਂ ਬਾਈ ਉਹ ਪੁੱਠੇ ਪਾਸੇ ਟੁਰ ਪਏ ਹਾਂ ਭਾਈ ਉਹ ਪੁੱਠੇ ਪਾਸੇ ਟੁਰ ਪਏ ਹਾਂ ਜਾਗ ਪਵੋ ਅਸੀਂ ਅੱਲਾ ਵਾਲੇ ਪਾਸੇ ਜਾਣਾ ਰੋਟੀ ਉਹਨੇ ਦੇਣੀ ਅਤੇ ਅਸੀਂ ਰੋਟੀ ਵਾਲੇ ਪਾਸੇ ਟੁਰ ਪਏ ਹਾਂ ਅੱਲਾ ਭੁੱਲ ਬੈਠੇ ਹਾਂ ਅੱਲਾ ਨਾਰਾਜ਼ ਹੀ ਹੋ ਗਿਆ ਤੇ ਫਿਰ ਮਾਰ ਹੀ ਪੈਣੀ ਹੈ ਸ਼ਾਮ ਵਿੱਚ ਮਿਸਰ ਵਿੱਚ ਇਰਾਕ ਵਿੱਚ ਬਰਮਾ ਵਿੱਚ ਜਿੱਥੇ ਜਾਓ ਮਾਰ ਪੈ ਰਹੀ ਹੈ ਕਿਉਂ ਪੈ ਰਹੀ ਹੈ ਉਹ ਕਿਉਂ ਮਾਰ ਪੈ ਰਹੀ ਹੈ ਔਰ ਰੋਟੀ ਦੇ ਪਿੱਛੇ ਲੱਗ ਪਏ ਹੈ ਰੋਟੀ ਅੱਲਾ ਦੇ ਜ਼ਿੰਮੇ ਹੈ ਸਾਡੇ ਜ਼ਿੰਮੇ ਅੱਲਾ ਨੂੰ ਲੱਭਣਾ ਹੈ ਤੇ ਮੈਂ ਤੇ ਤੁਸੀਂ ਅੱਜ ਤੂੰ ਕੀ ਕਰਨਾ ਹੈ ਅੱਜ ਤੂੰ ਕੀ ਕਰਨਾ ਹੈ ਅੱਲਾ ਦੇ ਪਿੱਛੇ ਜਾਣਾ ਅੱਲਾ ਨੂੰ ਲੱਭਣਾ ਹੈ ਹਦੀਸ ਦਾ ਮਫਹੂਮ ਹੈ ਕਿ ਬੰਦਾ ਮੇਰੀ ਤਰਫ ਇੱਕ ਕਦਮ ਆਤਾ ਹੈ ਤੇ ਮੈਂ 10 ਕਦਮ ਉਸਕੀ ਤਰਫ ਯਾ ਅੱਲਾ ਤਾਲਾ ਕਮੀ ਬੇਸ਼ੀ ਮਾਫ਼ ਫਰਮਾਏ ਕੁਛ ਹਦੀਸਾਂ ਜਾਂਦਾ ਕਿ ਬੰਦਾ ਮੇਰੀ ਤਰਫ ਚੱਲ ਕੇ ਆਤਾ ਹੈ ਤਾਂ ਮੈਂ ਉਸਕੀ ਤਰਫ ਦੌੜ ਕੇ ਆਤਾ ਹੂੰ ਤੁਸੀਂ ਆਓ ਤੇ ਸਹੀ ਇਸ ਪਾਸੇ ਨਮਾਜ਼ ਵੀ ਪੜ੍ਹਨੀ ਜ਼ਕਾਤ ਵੀ ਦੇਣੀ ਹਕੂਕ ਦਾ ਖਿਆਲ ਵੀ ਰੱਖਣਾ ਅਤੇ ਮਾਲ ਹੱਥੀਂ ਦੇਣਾ ਹੈ
ਉਹ ਜਮਾ ਨਹੀਂ ਕਰਨਾ ਦੇਣਾ ਅਜੇ ਉਹ ਜਮਾ ਨਹੀਂ ਕਰਨਾ ਦੇਣਾ ਹੈ ਕਿਉਂ ਵਡੇਰਿਆਂ ਨੇ ਕਹਿ ਦਿੱਤਾ ਉਹ ਵਡੇਰਿਆਂ ਦੇ ਵਡੇਰਿਆਂ ਨੇ ਕਹਿ ਦਿੱਤਾ ਬਾਦਸ਼ਾਹਾਂ ਨੇ ਕਹਿ ਦਿੱਤਾ ਕਿ ਮੇਰੇ ਜ਼ਿੰਮੇ ਦੇਈ ਜਾਓ ਉਹ ਵਡੇਰੇ ਜਦੋਂ ਕਹਿ ਦਿੰਦੇ ਨੇ ਘੱਟ ਨਹੀਂ ਆਉਣ ਦਿੰਦੇ ਉਹ ਵਡੇਰੇ ਕਹਿ ਦਿੰਦੇ ਨੇ ਤੇ ਉਹ ਘੱਟ ਨਹੀਂ ਆਉਣ ਦਿੰਦੇ ਉਹ ਵਡੇਰਿਆਂ ਦੇ ਵਡੇਰੇ ਨੇ ਕਹਿ ਦਿੱਤਾ ਬਾਦਸ਼ਾਹਾਂ ਦੇ ਬਾਦਸ਼ਾਹ ਨੇ ਕਹਿ ਦਿੱਤਾ ਉਹ ਘੱਟ ਨਹੀਂ ਆਉਣ ਦੇਣ ਲੱਗਾ ਅਸੀਂ ਹੱਥੀ ਦੇਣਾ ਰੋਕਣਾ ਨਹੀਂ ਹੈ ਮਾਂ ਬੇਟੀ ਦਾ ਖਿਆਲ ਰੱਖਣਾ ਦੂਸਰਾ ਦੀ ਆਪਣੀ ਦੀ ਸਭ ਦੀ ਇੱਜ਼ਤ ਦਾ ਖਿਆਲ ਰੱਖਣਾ ਤੇ ਅੱਲਾ ਸਾਡਾ ਹੋ ਜਾਏਗਾ ਵਾਅਦਾ ਅੱਲਾਹੁ ਅਲਜ਼ੀਨਾ ਆਮਨੂ ਵਅਮਿਲੁ ਸਾਲਿਹਾਤਿ ਲਾ ਯਸਤਖਲਫਨਹੁਮ ਫਿਲ ਅਰਜ਼ ਕਮਸਤਖਲਫ ਅਲਜ਼ੀਨਾ ਮਿਨ ਕਬਲਿਹਿਮ ਉਹ ਫਿਰ ਛੋਟੀ ਮੋਟੀ ਗੱਲ ਨਹੀਂ ਫਿਰ ਤੁਸੀਂ ਦੁਨੀਆ ਦੇ ਬਾਦਸ਼ਾਹ ਬਣਾ ਦਿੱਤੇ ਜਾਓਗੇ ਆਖਰਤ ਵਿੱਚ ਵੀ ਕਾਮਯਾਬੀ ਦੁਨੀਆ ਵਿੱਚ ਵੀ ਕਾਮਯਾਬੀ ਤੇ ਅੱਲਾ ਨੇ ਆਪਣੇ ਵਾਸਤੇ ਕਿਹਾ ਮੈਂ ਤੁਮਸੇ ਵਾਅਦਾ ਕਰਤਾ ਹੂੰ ਉਹ ਅੱਲਾ ਯਕੀਨ ਦਿਲਾ ਰਿਹਾ ਸਾਨੂੰ ਵਾਅਦ ਅੱਲਾਹੁ ਅਲਜ਼ੀਨਾ ਆਮਨੂ ਕੁਰਾਨ ਪੜ੍ਹਾ ਰਿਹਾ ਅੱਲਾ ਦੀ ਕਸਮ ਕੁਰਾਨ ਪੜ੍ਹਾ ਰਿਹਾ ਵਾਅਦ ਅੱਲਾਹੁ ਅਲਜ਼ੀਨਾ ਉਹ ਵਡੇਰਿਆਂ ਨੂੰ ਕੀ ਲੋੜ ਹੈ ਵਾਅਦਾ ਕਰਨ ਦੀ ਉਹ ਬਾਦਸ਼ਾਹਾਂ ਦੇ ਬਾਦਸ਼ਾਹ ਨੂੰ ਕੀ ਲੋੜ ਹੈ ਵਾਅਦਾ ਕਰਨ ਦੀ ਉਹਦਾ ਕਹਿ ਦਿੰਦਾ ਕਾਫੀ ਹੈ ਲੇਕਿਨ ਉਹਨਾਂ ਵਾਅਦ ਅੱਲਾਹੁ ਅਲਜ਼ੀਨਾ ਆਮਨੂ ਅੱਲਾ ਵਾਅਦਾ ਕਰਤਾ ਹੈ ਤੁਮਸੇ ਆਮਨੂ ਆਮਿਲੁ ਸਾਲਿਹਾਤ ਇਮਾਨ ਲਿਆਓ ਤੇ ਨੇਕ ਕੰਮ ਕਰੋ ਅੱਲਾ ਨੂੰ ਲੱਭੋ ਅੱਲਾ ਦੇ ਅੱਲਾ ਨੂੰ ਤਲਾਸ਼ ਕਰੋ ਲਾ ਯਸਤਖਲਫਨਹੁਮ ਨਾ ਅੱਲਾ ਵੀ ਲਾ ਦਿੱਤਾ ਜ਼ਰੂਰ ਵੀ ਜ਼ਰੂਰ ਅੱਲਾ ਤਾਲਾ ਤੁਮੇ ਦੁਨੀਆ ਕੀ ਬਾਦਸ਼ਾਹਤ ਖਿਲਾਫਤ ਅਤਾ ਕਰੇਗਾ ਕਮਸਤਖਲਫ ਅਲਜ਼ੀਨਾ ਮਿਨ ਕਬਲਿਹਿਮ ਕਿ ਜੈਸੇ ਤੁਮਸੇ ਪਹਿਲੇ ਵੀ ਲੋਕੋਂ ਕੋ ਅਤਾ ਕੀਤੀ ਔਰ ਅਬ ਕੀ ਬਾਰ ਐਸੀ ਬਾਦਸ਼ਾਹਤ ਹੋਗੀ ਕਿ ਜੈਸੀ ਦੁਨੀਆ ਨੇ ਪਹਿਲੇ ਨਹੀਂ ਦੇਖੀ ਇਮਾਮ ਉਲ ਮਹਦੀ ਕੇ ਦੌਰ ਮੇ ਜੈਸੀ ਰਹਿਮਤੇ ਬਰਕਤੇ ਆਏਗੀ ਲੋਕੋਂ ਨੇ ਪਹਿਲੇ ਇਨਸਾਨੋਂ ਨੇ ਨਹੀਂ ਦੇਖੀ ਹਜ਼ਰਤ ਈਸਾ ਅਲੈਹਿ ਸਲਾਮ ਕੇ ਦੌਰ ਮੇ ਇਸਲਾਮ ਜੈਸੇ ਫੈਲੇਗਾ ਐਸੇ ਪਹਿਲੇ ਨਹੀਂ ਫੈਲਾ ਔਰ ਅਬ ਉਸਕਾ ਵਕਤ ਆ ਗਿਆ ਹੈ ਤੋ ਮੈਨੇ ਆਪਣੇ ਕਿਆ ਕਰਨਾ ਹੈ ਅੱਲਾ ਕੋ ਤਲਾਸ਼ ਕਰਨਾ ਹੈ ਅੱਲਾ ਕੀ ਤਰਫ ਜਾਣਾ ਹੈ ਔਰ ਰੋਟੀ ਵੀ ਕਮਾਨੀ ਹੈ ਹਲਾਲ ਕਰਕੇ ਖਾਣੀ ਹੈ ਇਹ ਨਹੀਂ ਕਿ ਅਬ ਕਾਮ ਬਾਹਰ ਛੋੜ ਕੇ ਬੈਠ ਜਾਏ ਜੋ ਅੱਲਾ ਨੇ ਕਾਮ ਲਗਾਇਆ ਉਸਕੋ ਅੱਛੇ ਤਰੀਕੇ ਸੇ ਹਲਾਲ ਕਰਕੇ ਖਾਏ ਅੱਲਾ ਕਾ ਫਜ਼ਲ ਤਲਾਸ਼ ਕਰੇ ਲੇਕਿਨ ਅਸਲ ਕੋਸ਼ਿਸ਼ ਅੱਲਾ ਕੀ ਰਜ਼ਾ ਕੀ ਤਰਫ ਹੋਣੀ ਚਾਹੀਏ ਔਰ ਜੋ ਦੌਰੇ ਫਿਤਨ ਆ ਰਿਹਾ ਹੈ ਉਸਕੇ ਲਈ ਦੁਆ ਕਰੇ ਕਿ ਅੱਲਾ ਤਾਲਾ ਹਮ ਸਭ ਕੋ ਇਮਾਮ ਉਲ ਮਹਦੀ ਜੋ ਸੱਚੇ ਹੋ ਉਨਕੀ ਪਹਿਚਾਨ ਅਤਾ ਫਰਮਾਏ ਆਮੀਨ ਜ਼ੋਰ ਸੇ ਬੋਲੇ ਆਮੀਨ ਜਬ ਇਮਾਮ ਉਲ ਮਹਦੀ ਇਸ ਦੁਨੀਆ ਮੇ ਤਸ਼ਰੀਫ ਲੈ ਆਏ ਅੱਲਾ ਤਾਲਾ ਹਮ ਸਭ ਕੋ ਉਨਕੀ ਪਹਿਚਾਨ ਅਤਾ ਫਰਮਾਏ ਉਨਕੇ ਬਿਹਤਰੀਨ ਸਾਥੀਓ ਮੇ ਸ਼ਾਮਿਲ ਫਰਮਾਏ ਆਮੀਨ।